ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਤੇ ਮੈਂ ਪਲੋਰੀ ਨਿੱਜਰਾਂ ਦਾ ਜੱਟ ਹੈਗਾ। ਜੱਟਾਂ ਦਾ ਜਿਹੜਾ ਤਖੱਲਸ ਹੈਗਾ ਨਾ, ਉਹ ਚੌਧਰੀ ਹੈਗਾ, ਜਿੱਦਾਂ ਖੱਤਰੀਆਂ ਦਾ ਲਾਲਾ ਹੈਗਾ। ਸਤਿਗੁਰੂ ਨਾਨਕ ਦੇਵ ਜੀ ਲਾਲੇ ਸਨ, ਸਾਰੇ ਜਿਹੜੇ ਸਨ 6 ਸਤਿਗੁਰੂ ਤੇ 4 ਸੱਚੇ ਪਾਤਸ਼ਾਹ ਸਾਰੇ ਖੱਤਰੀ ਸਨ। ਸੋਢੀ ਖੱਤਰੀ ਜਿਹੜੇ ਸੀ ਉਹ ਬਹੁਤ ਲਾਲਚੀ ਸੀਗੇ, ਉਹਨਾਂ ਲਈ ਫਿਰ ਸੱਚੇ ਪਾਤਸ਼ਾਹ ਆਏ ਸੀਗੇ ਅਤੇ ਬੇਦੀ ਖੱਤਰੀਆਂ ਲਈ ਆਪਣੇ ਸਤਿਗੁਰੂ ਨਾਨਕ ਦੇਵ ਜੀ, ਬੇਦਾਂ ਦੇ ਮਾਹਰ ਜਿੱਦਾਂ ਮਹਿਤਾ ਸੀਗਾ ਅਤੇ ਬੇਦਾਂ ਦਾ ਮਾਹਰ। ਇੱਥੇ ਮੈਂ ਕਰ ਰਿਹਾ ਸੋਰਠ ਮਹੱਲਾ 3, ਮੈਂ ਉਹ ਕਰ ਰਿਹਾ ਸੀਗਾ ਅਤੇ ਡਿਸਕ੍ਰਿਪਸ਼ਨ ਹੋ ਗਈ ਸੀਗੀ ਅਤੇ ਮੈਂ ਹੁਣ ਦੂਜਾ ਪਾਠ ਕਰ ਰਿਹਾ ਹੈਗਾ। ਅਤੇ ਇਹਦੇ 'ਚ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਸਤਿਗੁਰੂ ਅਮਰਦੇਵ ਜੀ ਸੀਗੇ, ਉਹਨਾਂ ਦੇ ਕੋਲ ਜਿਹੜੇ ਪੜਾਏ ਸੀ ਸਿੱਖ ਸਤਿਗੁਰੂ ਅੰਗਦ ਦੇਵ ਜੀ ਨੇ, ਉਹਨਾਂ ਦੀ ਹੋਮੇ ਮਰੀ ਹੋਈ ਸੀਗੀ। ਉਹ ਮਰ ਕੇ ਤਾਂ ਫਿਰ ਜਿਉਂਦੇ ਹੋਏ ਸੀਗੇ। ਮਰਦਾ ਐਸ ਦਾ ਜਾਣੀ ਆਪਣੀ ਜਾਤ ਜੂਤ ਸਾਰੀ ਭੰਨ ਲੈਂਦੇ ਨੇ, ਫਿਰ ਉਹਨਾਂ ਨੂੰ ਪਾਰ ਬ੍ਰਹਮ ਨਜ਼ਰ ਆਉਂਦਾ ਹੈਗਾ। ਜੇ ਮੈਂ ਆਦਮੀ ਕਰੇਗਾ ਉਹਨੂੰ ਪਾਰ ਬ੍ਰਹਮ ਹੀ ਨਜ਼ਰ ਆਉਂਦਾ, ਅਤੇ ਉਹਨੂੰ ਦਵਿਜਾ ਕਹਿੰਦੇ ਨੇ। ਅਤੇ ਉਹ ਦਵਿਜਾ ਨੂੰ ਫਿਰ ਸਬਕ ਜਿਹੜਾ ਦਿੱਤਾ ਉਹ ਸਤਿਗੁਰੂ ਆਪਣੇ ਅਮਰਦੇਵ ਜੀ ਨੇ ਦਿੱਤਾ। ਉਹਨਾਂ ਕੋਲ ਦਵਿਜੇ ਨਵੀਆਂ ਨਵੀਆਂ ਬਾਲੜੀਆਂ ਆਈਆਂ ਸੀਗੀਆਂ ਅਤੇ ਉਹਨਾਂ ਨੂੰ ਗੁੰਮਰਾਹ ਲੋਕ ਕਰ ਸਕਦੇ ਸੀਗੇ, ਜਾਂ ਉਹ ਦਵਿਜੇ ਜਿਹੜੇ ਹੁੰਦੇ ਗੁੰਮਰਾਹ ਨਹੀਂ ਹੁੰਦੇ, ਉਹ ਪੈਸੇ ਨੂੰ ਪੈ ਜਾਂਦੇ ਨੇ। ਵੀ ਲੋਕ ਬੇਵਕੂਫ ਹੈਗਾ, ਚਲੋ ਪੈਸੇ ਲੁੱਟੋ ਇਹਨਾਂ ਤੋਂ। ਉਸ ਤੋਂ ਦੁਬਧਾ ਤੋਂ ਬਚਾਉਣ ਲਈ ਉਹਨਾਂ ਨੇ ਫਿਰ ਪ੍ਰਚਾਰ ਕੀਤਾ ਸੀਗਾ। ਅਤੇ ਇਹਦਾ ਹੈਗਾ ਆਪਣੇ ਇੱਥੇ ਆਏ ਨੇ ਲੋਕ ਜਿਹੜੇ ਆਪਣੇ, ਕੋਈ ਤਰਖਾਣ, ਕੋਈ ਲੁਹਾਰ, ਕੋਈ ਝੂੜਾ, ਕੋਈ ਚਮਾਰ, ਕੋਈ ਖੱਤਰੀ, ਜ਼ਿਆਦਾ ਜੱਟ ਸੀਗੇ ਜ਼ਿਆਦਾ ਜਿਹਨਾਂ ਨੇ ਭਗਤੀ ਮਾਰਗ ਅਖਤਿਆਰ ਕੀਤੀ। ਅਤੇ ਉਹ ਆਏ ਸਤਿਗੁਰੂ ਅੰਗਦ ਦੇਵ ਜੀ ਕੋਲ, ਉਹਨਾਂ ਨੇ ਉਹਨਾਂ ਦੀ ਫਿਰ ਜਿਹੜੀ ਹੋਮੇ ਸੀ ਜਾਤੀ ਦੀ ਉਹ ਮਾਰੀ। ਉਹਨਾਂ ਦੇ ਇੱਕ ਜਿਹੜਾ ਲੰਗਰ ਵਿੱਚ ਸੀਗਾ ਆਦਮੀ, ਉਹ ਬ੍ਰਾਹਮਣ ਵੱਲ ਦਾ ਕੰਮ ਕਰਨ ਵਾਲਾ ਸੀਗਾ, ਅਤੇ ਉਹ ਜਿਹੜੇ ਲੋਕ ਨਹੀਂ ਸੀ ਖਾਂਦੇ ਨਾ, ਜੂਠ ਛੱਡ ਜਾਂਦੇ ਸੀ, ਉਹ ਇਕੱਠੀ ਕਰਕੇ ਉਹ ਖਾਂਦਾ ਹੁੰਦਾ ਸੀ ਤਾਂ ਕਿ ਉਹ ਜਿਹੜੀ ਹੋਮੇ ਬਿਲਕੁਲ ਮਰ ਜਾਏ। ਇਸ ਤਰ੍ਹਾਂ ਇਹਨਾਂ ਨੇ ਮਾਰੀ ਅਤੇ ਨਾਲੇ ਦੱਸਿਆ ਵੀ ਹੁਣ ਤਪੇ ਦਾ ਨਹੀਂ ਕੰਮ ਹੈਗਾ, ਹੁਣ ਤਪਾ ਜਾਂ ਬ੍ਰਹਮਾ ਦਾ ਨਹੀਂ ਕੰਮ ਹੈਗਾ, ਹੁਣ ਇਹ ਪਾਰ ਬ੍ਰਹਮ ਦਾ ਹੈਗਾ ਸਮਾਂ। ਪਾਪ ਬ੍ਰਹਮ ਨੂੰ ਖੁਸ਼ ਕਰੋ ਤੇ ਸਾਰੀਆਂ ਚੀਜ਼ਾਂ ਮਿਲਣਗੀਆਂ। ਇਸ ਕਰਕੇ ਤਪੇ ਨੇ ਆਪਣਾ ਜ਼ੋਰ ਲਾ ਲਿਆ ਸੀਗਾ, ਕੁਛ ਨਹੀਂ ਬਣਿਆ। ਫਿਰ ਜਦੋਂ ਬੁਲਾਇਆ ਸੱਚੇ ਪਾਤਸ਼ਾਹ ਸਤਿਗੁਰੂ ਅੰਗਦ ਦੇਵ ਜੀ ਨੂੰ ਜਦੋਂ ਬੁਲਾਇਆ ਤਾਂ ਫਿਰ ਉਹ ਮੀਂਹ ਮੂੰਹ ਸਭ ਉਹਨਾਂ ਦੇ ਰਿਧੀਆਂ ਸਿਧੀਆਂ ਪੂਰੀਆਂ ਹੋ ਗਈਆਂ। ਇਹ ਸਮਾਂ ਕਲਯੁੱਗ ਜਿਹੜਾ ਹੈਗਾ ਇਹ ਹੈਗਾ ਪਾਪ ਬ੍ਰਹਮ ਦਾ। ਪਾਪ ਬ੍ਰਹਮ ਨੂੰ ਗਾਓ, ਪਾਪ ਬ੍ਰਹਮ ਦੇ ਗੁਣ ਗਾਓ ਅਤੇ ਤੁਸੀਂ ਉਹਦਾ ਹੱਥ ਤੁਹਾਡਾ ਉੱਪਰ ਹੋਏਗਾ ਅਤੇ ਤੁਹਾਨੂੰ ਆ ਜਿਹੜਾ ਕਰੋਨਾ ਵਾਇਰਸ ਵਗੈਰਾ ਇਹ ਨਹੀਂ ਛੂਏਗਾ। ਅਤੇ ਫਿਰ ਇੱਥੇ ਉਹ ਸੀਗੇ ਆਪਣੇ ਜਦੋਂ ਦੁਬਧਾ ਭੰਨਦੀ ਉਹਨਾਂ ਦੀ ਬਾਲੜੀਆਂ, ਵੀ ਮਾਇਆ ਵੱਲ ਨਾ ਜਾਓ, ਲੁੱਟੋ ਨਾ ਲੋਕਾਂ ਨੂੰ ਜਿੱਦਾਂ ਪ੍ਰਿਥੀ ਚੰਦ ਸੀਗਾ। ਪਾਪ ਬ੍ਰਹਮ ਦੀ ਮਾਇਆ ਲੁੱਟੋ, ਪਾਪ ਬ੍ਰਹਮ ਦੀ ਮਾਇਆ ਗੁਰਮੁਖ ਬਣ ਕੇ ਲੁੱਟੋ। ਗੁਰਮੁਖ ਜਿਹੜਾ ਹੈਗਾ 2 ਅਰਬ ਹੈਗੇ, ਗੁਰ ਅਤੇ ਮੁੱਖ। ਉਹ ਗੁਰ ਹੁੰਦਾ ਢੰਗ, ਤਰੀਕਾ। ਆਹ ਸਵਾਲ ਕੱਢਣਾ ਕਿ ਤਾਂ ਗੁਰ ਕੀ ਹੈਗਾ, ਜੇ ਤਰੀਕਾ ਪਤਾ ਲੱਗ ਜਾਏ ਸਵਾਲ ਨਿਕਲੇ ਹੁੰਦਾ ਹੈਗਾ ਫਾਰਮੂਲਾ। ਇਸ ਰਾਹੀਂ ਗੁਰਮੁਖ ਜਿਹੜਾ ਹੁੰਦਾ ਉਹ ਤਰੀਕੇ ਨਾਲ ਬੋਲਦਾ ਹੈਗਾ, ਬੇਤਾਲਾ ਨਹੀਂ ਬੋਲਦਾ। ਅਤੇ ਇਹ ਹੈਗਾ ਜਿਹੜੇ ਇੱਥੇ ਸਲੋਕ ਹੈਗੇ ਨੇ ਸੋਰਠ ਮਹੱਲਾ
ਤੀਜਾ ਇਹ ਜਿਹੜਾ ਬ੍ਰਹਮਾ ਹੈਗਾ ਨਾ, ਬ੍ਰਹਮਾ ਤੇ ਯਾਵੇ ਤੇ ਬ੍ਰਹਮਾ, ਇਹ ਜਿਹੜੀ ਚੀਜ਼ ਆ ਦੋ ਸਾਰੀ ਨਜ਼ਰ ਆਉਂਦੀ ਸ੍ਰਿਸ਼ਟੀ, ਇਹ ਸ੍ਰਿਸ਼ਟੀ ਦਾ ਮਾਲਿਕ ਹੈਗਾ, ਇਹਨੇ ਆ ਭਾਂਡਾ ਬਣਾਇਆ ਹੈਗਾ, ਭਾਂਡਾ ਇਹਦੇ ਵਿੱਚ ਜਿਹੜੀ ਰੂਹ ਹੈਗੀ ਉਹ ਪਾਰ ਬ੍ਰਹਮ ਦੀ ਹੈਗੀ, ਤੇ ਇਸ ਕਰਕੇ ਪਾਰ ਬ੍ਰਹਮ ਤੁਹਾਡੇ ਇਹ ਹਰਿਮੰਦਰ ਹੈਗਾ, ਹਰਿਮੰਦਰ ਦੇ ਵਿੱਚ ਰਹਿੰਦਾ ਹੈਗਾ, ਬਾਹਰ ਨਹੀਂ ਰਹਿੰਦਾ। ਉਹਦਾ ਜਿਹੜਾ ਪੁਜਾਰੀ ਹੈਗਾ ਹਰਿਮੰਦਰ ਦਾ, ਉਹ ਹੈਗਾ ਸਤਿਗੁਰੂ, ਉਹ ਤੁਹਾਡੇ ਦਿਲ ਤੇ ਹੈਗਾ, ਅੰਤਰ ਸਤਿਗੁਰੂ ਰੱਜ ਕੇ ਜੀਵਾ ਜਪੇ ਨਾਮ, ਤੇ ਇਹਨੂੰ ਕਹਿੰਦੇ ਇਨਰ ਮੈਨ ਕ੍ਰਿਸਚੈਨਿਟੀ ਚ, ਇਹਨੂੰ ਕ੍ਰਾਈਸਟ ਕਹੀਦਾ ਹੈਗਾ, ਨੋ ਕ੍ਰਾਈਸਟ ਇਨ ਯੋਰ ਹਾਰਟ, ਨੋ ਗੋਸਪਲ ਬਟ ਡੈਡ ਲੈਟਰ, ਆ ਜਿਹੜਾ ਲਿਖਿਆ ਨਾ ਇੱਥੇ ਇਹੋ ਹੀ ਲਿਖਿਆ ਮੈਂ ਵੀ ਸਤਿਗੁਰੂ ਅੰਦਰ ਲਿਆਓ ਤੁਸੀਂ, ਉਹਦੀ ਤੁਸੀਂ ਸੇਵ ਕਰੋ, ਯਾਨੀ ਕਿ ਤਰੀਕੇ ਨਾਲ ਚੱਲੋ, ਦੁਨੀਆਂ ਨੂੰ ਨਾ ਖੁਸ਼ ਕਰੋ, ਪਾਪ ਨੂੰ ਖੁਸ਼ ਕਰੋ। ਇਹ ਜਿਹੜੇ ਸਾਈਕਿਕ ਹੈਗੇ ਨੇ ਇਹ ਦੁਨੀਆਂ ਨੂੰ ਖੁਸ਼ ਕਰਦੇ ਨੇ, ਜਿੱਦਾਂ ਟੋਨੀ ਬਲੇਅਰ ਤੇ ਬੁਸ਼ ਹੈਗੇ ਸੀਗੇ, ਉਹਦੇ ਕੋਲ ਸੈਡਮ ਹੁਸੈਨ ਕੋਈ ਵੈਪਨ ਆਫ ਮਾਸ ਡਿਸਟਰਕਸ਼ਨ ਨਹੀਂ ਸੀਗਾ, ਉਹਨੂੰ ਇਹ ਤੁਸੀਂ ਦੇਖ ਲਓ ਵੀ ਉਹਦਾ ਮੂੰਹ ਕਿੱਦਾਂ ਚੁੱਪ ਕਰਾਇਆ, ਉਹਨੂੰ ਬੋਲਣ ਨਹੀਂ ਬੋਲਦਾ ਸੀ, ਜਿਹੜਾ ਜਿਹੜਾ ਉਹਨੇ ਬੋਲਿਆ ਹੈਗਾ ਉਹ ਅਖਬਾਰਾਂ 'ਚ ਨਹੀਂ ਕੱਢਿਆ, ਠੱਪ ਦਿੱਤਾ ਹੈਗਾ। ਉਹ ਠੱਪਿਆ ਕਿੰਨਾ ਨੇ ਸੀਗਾ, ਜਿਹੜੇ ਜੂ ਹੈਗੇ ਨੇ ਉੱਥੇ ਅਮਰੀਕਾ ਦੇ, ਜਿਹੜੇ ਸ਼ੈਤਾਨ ਹੈਗੇ ਇੱਕ ਨੰਬਰ ਦੀ ਦੁਨੀਆਂ 'ਚ, ਉਹਨਾਂ ਨੇ ਠੱਪਿਆ ਸੀਗਾ, ਉਹਨਾਂ ਨੇ ਸਾਰੀ ਬਰਬਾਦੀ ਕਰਾਈ ਸੀਗੀ। ਅਤੇ ਆ ਹੀ ਇੱਕ ਐਮ ਪੀ ਗ੍ਰੀਨ ਪਾਰਟੀ ਦੀ ਡਿਪਟੀ ਹੈਡ, ਉਹਨੇ ਇੱਕ ਕਾਰਟੂਨ ਬਣਾਇਆ ਹੈਗਾ ਕਿ ਅਮੈਰੀਕਨ ਮੈਨ ਸ਼ਿਕਲ 'ਤੇ ਹੈਗਾ ਡੇਵਿਡਸ ਕਰੋਸ, ਜਿਹੜੇ ਜੂ ਹੈਗੇ ਅਮਰੀਕਾ ਦੇ, ਇਹ ਉਹ ਇੱਕ ਕੰਟਰੀ ਤੇ ਦੂਜੇ ਕੰਟਰੀ 'ਚ ਖੂਨ ਖਰਾਬਾ ਕਰਾ ਰਹੇ ਨੇ। ਦੋ ਚੀਜ਼ਾਂ ਨੇ, ਪੈਸਾ ਇੱਕ ਪਾਸੇ, ਇੱਕ ਪਾਸੇ ਹੈਗਾ ਪਾਰ ਬ੍ਰਹਮ, ਪਾਰ ਬ੍ਰਹਮ ਮਾਇਆ ਤੋਂ ਰਹਿਤ ਹੈਗਾ। ਇਸ ਕਰਕੇ ਜਿਹੜਾ ਪਾਰ ਬ੍ਰਹਮ ਦੇ ਦਰਬਾਰ 'ਚ ਆਇਆ ਉਹਨੇ ਘਰ ਬਾਰ ਸਭ ਕੁਛ ਵੇਚ ਦਿੱਤਾ, ਜਿੱਦਾਂ ਸਾਧੂ ਹੁੰਦੇ ਨੇ ਮਿਰਚਾਂ ਦੇ ਟੇਕ। ਤੇ ਇਹ ਹੈਗਾ ਆਪਣੇ ਅੱਜ ਕੱਲ੍ਹ ਜਿਹੜਾ ਚੱਲ ਰਿਹਾ ਹੈਗਾ ਦੁਨੀਆਂ 'ਚ ਚੱਕਰ, ਲੀਬੀਆ ਵਗੈਰਾ ਸਾਰਾ ਇਹਨਾਂ ਨੇ ਕੀਤਾ ਹੈਗਾ। ਜਿਹੜਾ ਸ਼ੈਤਾਨ ਹੁੰਦਾ ਹੈਗਾ ਉਹ ਪਹਿਲਾਂ ਆਪਣਾ ਘਰ ਹੀ ਗਾਲਦਾ ਹੈਗਾ। ਇਹਨਾਂ ਦਾ ਵੱਡਾ ਵਡੇਰਾ ਜੂਆ ਦਾ ਜਿਹੜਾ ਸੀਗਾ ਉਹ ਇਹ ਚੋਦਨ ਪੀਪਲ, ਉਹਨਾਂ ਦਾ ਵੱਡਾ ਵਡੇਰਾ ਆ ਬ੍ਰਹਮ ਜਿਹੜਾ ਸੀਗਾ ਇਰਾਕ ਏਰੀਏ 'ਚੋਂ ਆਇਆ ਸੀਗਾ, ਚੁੱਕਿਆ ਸੀਗਾ ਉਹਨੇ ਬ੍ਰਹਮਾ ਨੇ, ਤੁਹਾਨੂੰ ਇੱਥੇ ਮਿਡਲ ਈਸਟ 'ਚ ਬਿਠਾਇਆ ਆਦਮ ਦੇ ਤੌਰ 'ਤੇ, ਸਾਰਾ ਈਮ ਅਤੇ ਪ੍ਰੋਮਿਸਡ ਲੈਂਡ ਗਾਰਡਨ ਆਫ ਈਡਨ, ਅਤੇ ਨਮੂਨੇ ਦੇ ਆਦਮੀ ਹੈਗੇ ਨੇ, ਨਮੂਨੇ ਦੇ ਇਹਨਾਂ ਦੇ ਰਾਹੀਂ ਸਾਨੂੰ ਮੋਰਲ ਸਿਕਸ਼ਾ ਮਿਲਜੇਗੀ ਸਾਰੇ ਲੋ। ਚਲੋ ਇਹਦੇ ਬਾਰੇ ਜੇ ਸਮਨਾ ਤਾਂ ਮੇਰੀ ਕਿਤਾਬ ਉਹ ਪੜ੍ਹ ਲਿਆ ਜੇ। ਸੋਰਠ ਮਹੱਲਾ ਤੀਜਾ, ਤੀਜਾ ਹੈਗਾ ਪਹਿਲਾ ਸਤਿਗੁਰੂ ਨਾਨਕ, ਦੂਜਾ ਸਤਿਗੁਰੂ ਅੰਗਦ। ਨਾਨਕ ਨੇ ਇੰਟਰੋਡਕਸ਼ਨ ਦਿੱਤੀ ਅਤੇ ਸਤਿਗੁਰੂ ਅੰਗਦ ਦੇਵ ਜੀ ਨੇ ਉਹ ਸਿੱਖ ਕਿੱਦਾਂ ਬਣੀ ਦਾ ਹੈਗਾ, ਸਿੱਖੀ ਦੀ ਨੀਂਹ ਰੱਖੀ ਹੋਮੇ ਮਾਰ ਕੇ, ਯਾਨੀ ਕਿ ਉਹਨੇ ਆਪਣੇ ਉਹਨਾਂ ਲੋਕਾਂ ਨੇ ਹੋਮੇ ਮਾਰ ਕੇ ਮਰ ਕੇ ਉਹ ਫਿਰ ਜੀਓ, ਮਰ ਜੀਓ ਮਰੇ ਉਹ ਆਪਣੇ, ਜਦੋਂ ਉਹਨਾਂ ਨੇ ਜਾਤੀ ਜਿਹੜੀ ਸੀਗੀ ਉਹ ਭੰਨ ਦਿੱਤੀ। ਇੱਥੇ ਹੈਗਾ ਨਾ ਇੱਥੇ ਜਿਹੜਾ ਸੀ ਨਾ ਜੌਨੀ ਬਾਪਟਰ ਦੇ ਬਾਹਮਣ ਸੀਗਾ, ਇਹਨੇ ਪਾਣੀ 'ਚ ਡੁੱਬੀ ਦਿੱਤੀ ਇਬਰਾਹਿਮ ਦੇ ਨਾਂ 'ਤੇ ਅਤੇ ਜੀਜ਼ ਨੂੰ ਯਾਵੇ ਦੇ ਨਾਂ 'ਤੇ। ਉਹ ਜਿਹੜਾ ਬੀ ਹੈਗਾ ਨਾ ਆਪਣੀ ਜਾਤ ਦਾ ਗੁਮਾਨ ਕਰਦੇ ਨਾ ਜਿਹੜੇ, ਇਹ ਜੂ ਜਿਹੜੇ ਸੀਗੇ ਬੜਾ ਕਰਦੇ ਸੀਗੇ ਅਸੀਂ ਚੋਜ਼ਨ ਪੀਪਲ ਹੈਗੇ ਆ ਈ ਲਾਈਟ, ਅਤੇ ਦੂਜਿਆਂ ਨਾਲ ਜੈਂਟਲ ਨਾਲ ਨਫ਼ਰਤ ਕਰਦੇ ਸੀਗੇ, ਜਿੱਦਾਂ ਸਮੈਰੀਟਨ ਨਾਲ ਵੀ ਨਫ਼ਰਤ ਕਰਦੇ ਸੀ ਜਿਹੜਾ ਕਿ ਚੰਗੇ ਆਦਮੀ ਸੀਗੇ। ਅਤੇ ਇਹਨਾਂ ਦੀ ਜਿਹੜੀ ਹੋਮੇ ਹੈਗੀ, ਜਿਹੜੀ ਤਨ ਦੀ ਹੋਮੇ, ਜਾਤੀ ਦੀ ਹੋਮੇ, ਜਿੱਦਾਂ ਮੈਂ ਜੱਟ ਹੈਗਾ, ਇਹ ਹੋਮੇ ਜਿਹੜੀ ਮਾਰਨੀ ਪੈਂਦੀ ਹੈ, ਕਿਉਂ ਜਦ ਜਨਮ ਲੈਂਦਾ ਹੈਗਾ ਆਦਮੀ ਆਪਣੇ ਨਹੀਂ ਲੈਂਦਾ, ਪਰਮਾਤਮਾ ਦਿੰਦਾ ਹੈਗਾ, ਅਤੇ ਇਸ ਕਰਕੇ ਜਦੋਂ ਉਹ ਸਮਝ ਆ ਜਾਵੇ ਪਰਮਾਤਮਾ ਦਿੰਦਾ ਹੈਗਾ, ਅਤੇ ਫਿਰ ਜਿਹੜੀ ਹੁੰਦਾ ਨਾ ਕੋਈ ਚੂੜਾ ਹੋਇਆ ਵੀ ਚਮਾਰ ਹੋ, ਇਹ
ਤੇ ਫਰਕਾ ਨਹੀਂ ਰਹਿੰਦਾ, ਇੱਕ ਬਰਾਬਰ ਹੁੰਦੇ ਨੇ। ਉਹ ਫਿਰ ਜਿਹੜੀ ਨਿਆਰਾ ਹੁੰਦਾ ਉਹ ਆਦਮੀ ਨਿਆਰਾ, ਕੋਈ ਕੋਈ ਇਸ ਚੀਜ਼ ਨੂੰ ਪਾਲਦਾ ਹੈਗਾ, ਜਿਹੜਾ ਪਾਲਦਾ ਹੈਗਾ ਉਹ ਇਸ ਰਾਮ ਰਾਜੇ ਚ ਵੜਦਾ ਹੈਗਾ। ਇੱਥੇ ਏਕ ਪਿਤਾ ਹਮ ਬਾਰਿਕ ਉੱਠ ਕੇ, ਏਕ ਪਿਤਾ ਹਮ ਬਾਰਿਕ, ਸਿੱਖ ਦਾ ਇੱਥੇ ਹੁੰਦਾ ਬਸ, ਜਿਹੜਾ ਹੋਮੇ ਕਰਦਾ ਉਹ ਇੱਥੇ ਹੀ ਰਹਿ ਜਾਂਦਾ ਥੱਲੇ। ਜੇ ਇੱਥੇ ਹੈਗਾ ਉਹ ਬੜੇ ਹੋਏ ਤੇ ਹੁਣ ਰਾਮ ਰਾਜੇ ਚ, ਏਕ ਪਿਤਾ ਹਮ ਬਾਰਿਕ ਉੱਠ ਕੇ, ਤੇ ਸਤਿਗੁਰੂ ਅਮਰਦੇਵ ਜੀ ਉਹ ਕਹਿੰਦੇ ਉਹ ਤੁਸੀਂ, ਤੁਹਾਨੂੰ ਸੁਰਤੀ ਆ ਗਈ ਪਾਰ ਬ੍ਰਹਮ ਦੀ, ਹੁਣ ਤੁਸੀਂ ਮਾਇਆ ਵੱਲ ਨੂੰ ਨਾ ਜਾਓ, ਲੋਕਾਂ ਨੂੰ ਠੱਗੋ ਨਾ। ਚਤਰ ਚਨਾਕ ਹੁੰਦੇ ਨੇ ਜਿਹੜਾ ਉਹਨਾਂ ਦੱਸਿਆ ਤੁਸੀਂ ਗੁਰਮੁਖ ਬਣੋ। ਉਹ ਇਹ ਸਲੋਕ ਉਹਦੇ ਬਾਰੇ ਹੈਗੇ ਨੇ ਸਾਰੇ, ਕਹਿੰਦੇ ਬਿਨ ਸਤਿਗੁਰੇ, ਬਿਨ ਸਤਿਗੁਰ, ਸਤ ਦਾ ਗੁਰ, ਸਤ ਦਾ ਗੁਰ ਹੁੰਦਾ ਢੰਗ, ਉਹ ਹੈਗਾ ਲੋਜੀਕਲ ਰੀਜਨਿੰਗ। ਸੇਵੇ ਬਹੁਤ ਦੁੱਖ ਲਾਗਾ, ਬਗੈਰ ਜਿਹੜੇ ਸੱਤ ਦੇ ਗੁਰ ਦੇ ਬਿਨਾਂ, ਲੋਜੀਕਲ ਰੀਜਨਿੰਗ ਦੇ ਬਿਨਾਂ ਜਿਹੜਾ ਆਪਣੇ ਖਿਆਲਾਤ ਜ਼ਾਹਰ ਕਰਦਾ ਹੈਗਾ ਉਹ ਦੁੱਖ ਪਾਉਂਦਾ ਹੈਗਾ, ਉਹ ਬੇਢੰਗੇ ਨੇ, ਢੰਗ ਨਾਲ ਹੀ ਬੋਲਦਾ, ਉਹ ਗੁਰ ਨਾਲ ਹੀ ਬੋਲਦਾ, ਗੁਰ ਉਹਦਾ ਢੰਗ। ਬਿਨ ਸਤਿਗੁਰ, ਸਤਿਗੁਰ ਸੇਵੇ, ਉਹ ਆਪਣਾ ਜਿਹੜਾ ਉਹਨੂੰ ਸੇਵ ਕਰਨਾ ਤੁਸੀਂ, ਜਿਹੜਾ ਲੋਜੀਕਲ ਰੀਜਨਿੰਗ ਕਰਦਾ ਹੈਗਾ ਅੰਦਰ, ਇੱਥੇ ਸਤਿਗੁਰ ਸੇਵੇ ਬਹੁਤ ਬਹੁਤਾ ਦੁੱਖ ਲੱਗਾ। ਜਗ ਯੁਗ ਚਾਰੇ ਬਰਮਾਈ, ਇਹ ਇਹ ਜਿਹੜਾ ਸਤਿਗੁਰੂ ਆਉਂਦਾ ਹੈਗਾ ਕਲਯੁਗ ਵਿੱਚ ਆਉਂਦਾ ਇਕੱਲਾ, ਬਾਕੀ ਦੇ ਯੁਗਾਂ ਚ ਉੱਥੇ ਤੁਹਾਡਾ ਕੰਮ ਹੁੰਦੇ ਨੇ। ਭਗਤੀ ਮਾਰਗ ਦਾ ਇਹੋ ਹੀ ਹੈਗਾ ਸਮਾਂ ਕਲਯੁਗ, ਤੇ ਕਲਯੁਗ ਹੈਗਾ ਚੌਂ ਯੁਗਾਂ ਚ ਤੁਸੀਂ ਪੈਦਾ ਹੁੰਦੇ ਆ, ਮਰਦੇ ਆ ਤੇ ਇੰਨਾ ਘੁੰਮਦੇ ਆ, ਤੇ ਫਿਰ ਕਿਤੇ ਕਲਯੁਗ ਆਉਂਦਾ, ਤੇ ਜੇ ਤੁਹਾਡੀ ਕਿਰਪਾ ਹੋਵੇ ਤੇ ਸੱਚ ਆਪਣੇ ਸਤਿਗੁਰੂ ਦੇ ਪਾਣੀ ਚੱਲੋ, ਫਿਰ ਤੁਸੀਂ ਕਮਾਈ ਕਰਦੇ ਆ। ਹਮ ਦੀਨ ਤੁਮ ਯੁਗ ਯੁਗ ਦਾਤੇ, ਹਮ ਦੀਨ ਵੀ ਸਾਨੂੰ ਦੀਨ ਹੈਗਾ ਵੀ ਸਾਡੇ ਅੰਦਰ ਇਮਾਨ ਤੇਰਾ, ਤੁਮ ਯੁਗ ਯੁਗ ਦਾਤੇ, ਤੇਰੇ ਤੋਂ ਮਿਲਦਾ ਸਾਨੂੰ ਉਹ ਦੀਨ। ਸ਼ਬਦ ਦੇ ਬਜਾਈ, ਸ਼ਬਦ ਦੇ ਨਾਲ ਜੋ ਸ਼ਬਦ ਹੈਗਾ ਲੋਜੀਕਲ ਰੀਜਨ ਦੀ ਲੋਗੋ, ਲੋਗੋ ਰਾਹੀਂ ਤੁਸੀਂ ਉਹਨੂੰ ਬੁੱਝਦੇ ਹੈਗੇ। ਦੇ ਬਜਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਇਹ ਜਿਹੜਾ ਹੈਗਾ ਨਾਮ ਮਿਲਦਾ ਉਹਦੀ ਦਇਆ ਨਾਲ ਮਿਲਦਾ ਹੈਗਾ, ਉਹ ਦੇਖਦਾ ਵੀ ਕਿਹੜਾ ਜਿਹੜਾ ਦਿਲ ਹੈਗਾ ਨੀਅਤ ਸਾਫ ਜੀ ਉਹਨੂੰ ਦਿੰਦਾ ਹੈਗਾ, ਜਿਹੜਾ ਵੱਧ ਨੀਅਤ ਹੈਗਾ ਉਹਨੂੰ ਨਹੀਂ ਮਿਲਦਾ ਨਾਮ। ਇਸ ਕਰਕੇ ਪਹਿਲਾਂ ਤੁਸੀਂ ਆਹ ਜਿਹੜਾ ਭਾਂਡਾ ਹੈਗਾ ਇਹਨੂੰ ਸਾਫ਼ ਕਰੋ, ਇਹਨੂੰ ਧੂਪ ਦਿਓ, ਇਹਨੂੰ ਮਾਂਜੋ, ਤਾਂ ਫਿਰ ਇਹਦੇ 'ਚ ਦਹੀਂ ਜੰਮਦਾ ਹੈਗਾ। ਜਿੱਦਾਂ ਅਰਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੇ, ਜਿਹੜਾ ਸਤਿਗੁਰ ਹੈਗਾ ਅੰਦਰ ਇੱਥੇ ਜਿਹੜਾ ਹੈਗਾ ਇਹ ਦਾਤਾ ਹੈਗਾ, ਇਹ ਜਿਹੜੇ ਤੁਹਾਡੇ ਅੰਦਰ ਹੋਏਗਾ ਇਹਨੇ ਤੁਹਾਨੂੰ ਫਿਰ ਮੇਲ ਮਿਲਾਉਣਾ ਹੈਗਾ। ਇਹ ਸਤਿਗੁਰੂ ਨੇ, ਸਤਿਗੁਰੂ ਨਾਨਕ ਦੇਵ ਜੀ ਨਾਲ ਗੱਲਬਾਤ ਕਰਨੀ ਉਹਦੀ ਗੱਲ ਸਮਝ ਆਏਗੀ, ਯਾਨੀ ਸਤਿਗੁਰੂ ਦੀ ਗੱਲਾਂ ਸਤਿਗੁਰ ਹੀ ਜਾਣੇ, ਹੋਰ ਨਹੀਂ ਕੋਈ ਜਾਣ ਸਕਦਾ। ਜਿਹਦੇ ਅੰਦਰ ਸਤਿਗੁਰੂ ਦਾ ਵਾਸਾ ਨਹੀਂ ਹੈਗਾ ਉਹਨਾਂ ਲਈ ਜਿਹੜਾ ਮੈਂ ਬੋਲਦਾ ਉਹ ਬਕਵਾਸ ਹੈਗੀ। ਕਈ ਮੈਨੂੰ ਤਾਂ ਬਹੁਤ ਡੂੰਘੀਆਂ ਡੂੰਘੀਆਂ ਗਾਲਾਂ ਕੱਢਦੇ ਨੇ, ਬੜਾ ਮੈਂ ਹੈਰਾਨ ਹੁੰਦਾ। ਉਹਨਾਂ ਨੂੰ ਇਹੋ ਹੀ ਹੁੰਦਾ ਵੀ ਜਦੋਂ ਮੈਂ ਆਪਣੀ ਕਹਿੰਦਾ ਮੈਂ ਜੱਟ ਹੈਗਾ, ਉਹਨਾਂ ਨੂੰ ਚੁੱਪਦਾ ਹੈਗਾ। ਜੇ ਤੁਸੀਂ ਬੀਜ ਨਹੀਂ ਹੈਗਾ ਤਾਂ ਪੌਦਾ ਕਿੱਧਰੋਂ ਬਣਾ ਲਓਗੇ? ਇਹ ਬੀਜ ਹੈਗਾ ਜਾਤੀ ਆਪਣੀ, ਇਹ ਜਾਤ ਹੈ ਬੀਜ। ਬ੍ਰਹਮ ਕੇ ਬੇਟੇ ਸ਼ਬਦ ਪਛਾਤਾ, ਜੇ ਤੁਸੀਂ ਬ੍ਰਹਮ ਕੇ ਬੇਟੇ ਨਹੀਂ ਤਾਂ ਸ਼ਬਦ ਕਿੱਦਾਂ ਪਛਾਣ ਲਓਗੇ? ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇ ਅਦਾਰਾ, ਅਦਾਰੇ ਹਰ ਦੇ ਨਾਮ ਤੁਸੀਂ ਦਿਓਗੇ ਤਦ ਸਾਨੂੰ ਆਧਾਰ ਹੁੰਦਾ ਦਿਲ ਨੂੰ ਮਨ ਨੂੰ, ਯਾਨੀ ਰੱਜ ਆਉਂਦਾ ਹੈਗਾ, ਇਹ ਸਾਡਾ ਖਾਣਾ ਹੈਗਾ। ਰਹਾਓ ਮਨਸਾ ਮਾਰ, ਮਨਸਾ ਹੁੰਦੀ ਵੀ ਮੈਂ ਇਹਦੇ ਤੇ ਵੀ ਰਾਜ ਕਰਨਾ, ਇੰਨੇ ਕੋਠੇ ਬਣਾਉਣਾ,
ਮਹਿਲ ਬਣਾ ਲਵਾਂ, ਸਾਰੀ ਜਿਹੜੀ ਮਨ ਦੀ ਮਨਸਾ ਹੈਗੀ, ਮਨਸਾ ਮਾਰ ਦੁਖਦਾ ਸਹਿਜ ਸਮਾਨੀ। ਮਨਸਾ ਤੋਂ ਜਿਹੜਾ ਹੈਗਾ ਉੱਥੋਂ ਪੈਸੇ ਮਿਲਦੇ ਨੇ, ਪੈਸਾ ਦੁਖਦਾ ਪੈਦਾ ਕਰਦਾ ਹੈਗਾ, ਤੇ ਉਹ ਜਿਹੜੀ ਮਨਸਾ ਹੈਗੀ ਜੀ ਉਹ ਮਰੇਗੀ, ਯਾਨੀ ਕਿ ਤੁਹਾਨੂੰ ਆਪਣੇ ਆਪ ਤੇ ਸੰਤੋਖ ਆਏਗਾ, ਫਿਰ ਤੁਹਾਨੂੰ ਉਹ ਨਾਮ ਮਿਲਦਾ ਹੈਗਾ, ਫਿਰ ਸਹਿਜ ਅੰਦਰ ਆਉਂਦਾ ਹੈਗਾ। ਜਿਹੜਾ ਮਨਮੁਖ ਹੁੰਦਾ ਲਾਲਚੀ ਹੁੰਦਾ ਹੈਗਾ, ਇਸ ਕਰਕੇ ਮਨਮੁਖ ਨਾ ਬਣੋ, ਆਪਣਾ ਸੰਤੋਖੀ ਬਣੋ, ਫਿਰ ਤੁਹਾਡੇ ਅੰਦਰ ਸਹਿਜ ਆਏਗਾ, ਸਹਿਜ ਨਾਲ ਤੁਸੀਂ ਫਿਰ ਸੋਚੋਗੇ ਤਾਂ ਤੁਹਾਨੂੰ ਮਿਲੇਗਾ ਸਾਰਾ ਕੁਝ। ਮਨਸਾ ਮਾਰ ਦੁਬਦਾ ਸਹਿਜ ਸਹਿਜ ਸਮਾਣੀ, ਦੁਬਦਾ ਜਿਹੜੀ ਹੈਗੀ ਪੈਸੇ ਚ ਪਾਰਬ੍ਰਹਮ ਦੀ ਮਾਇਆ ਵੱਲ, ਦੋਨਾਂ ਵੱਲ ਜਿਹੜਾ ਹੈਗਾ ਤੁਹਾਡਾ ਪਿਆਰ, ਉਹ ਸਹਿਜੇ ਸਮਾਣੀ, ਉਹ ਪਾਇਆ ਨਾਮ ਅਪਾਰਾ, ਫਿਰ ਤੁਸੀਂ ਉਹ ਨਾਮ ਪਾਉਂਦੇ ਆ ਜਿਹੜਾ ਕਿ ਦੁਨੀਆਂ ਚ ਕਿਸੇ ਕੋਲ ਹੈ ਨੀ ਗਾ, ਅਪਾਰਾ। ਇਹ ਜਿਹੜੇ ਤੁਸੀਂ ਕਰੋਗੇ, ਜਿੰਨਾ ਹੈਗਾ ਨਾ 1984 ਚ ਲੋਕੀ ਕਹਿੰਦੇ ਜੀ ਇੰਨੇ ਸਿੱਖ ਮਰ ਗਏ ਦਿੱਲੀ ਚ, ਸਿੱਖ ਤਾਂ ਨਾਦੀ ਰੂਪ ਹੈਗਾ, ਬੋਲਿਆਂ ਤੋਂ ਪਤਾ ਲੱਗਦਾ ਕੀ ਸਿੱਖਿਆ ਹੈਗਾ, ਇਹ ਜਿਸਮ ਨੀ ਆ, ਮੇਰਾ ਜਿਸਮ ਜੱਟ ਹੈਗਾ, ਮੈਂ ਜੱਟ ਪੈਦਾ ਹੋਇਆ, ਜੱਟ ਹੀ ਮਰੇਗਾ ਨਾ। ਜੇ ਤੁਸੀਂ ਗੁਰਦੁਆਰੇ ਚ ਕਿਤੇ ਕਹਿ ਦਿਓ ਵੀ ਇੱਕ ਵੀ ਨੀ ਸਿੱਖ ਮਰਿਆ 1984 ਚ, ਤੇ ਦੇਖੋ ਕਿੱਦਾਂ ਪੈਂਦੇ ਛਾਲਾਂ ਪੈ ਕੇ ਤੁਹਾਨੂੰ। ਉਹ ਜਿਹੜੀ ਤੁਸੀਂ ਗੱਲ ਕਹੀ ਹੈਗੀ ਹੈ ਤਾਂ ਸੱਤ, ਪਰ ਉਹਨਾਂ ਨੂੰ ਨੀ ਸਮਝ ਆਉਂਦੀ। ਇਹ ਹੈਗਾ ਉਹਦਾ ਵੀ ਇਹ ਅਪਾਰਾ ਹੈਗਾ ਨਾਮ। ਇਸੇ ਸੱਤ ਨੇ ਸਾਨੂੰ ਪਾਕਿਸਤਾਨ ਵਿੱਚ 2008 ਆਏ ਸੀ ਹਮਲਾ ਕਰਨ ਸਾਡੇ ਪਿੰਡ ਤੇ, ਜਦੋਂ ਫਾਦਰ ਨੇ ਦੱਸਿਆ ਸੀ ਡੱਟਾ ਨੇ ਮਰਨਾ, ਤੁਸੀਂ ਅਰਾਈਆਂ ਨੇ, ਕੋਈ ਦੁਸ਼ਮਣੀ ਤੇ ਕੱਢ ਲਓ, ਕਹਿੰਦੇ ਕੋਈ ਦੁਸ਼ਮਣੀ ਨਹੀਂ। 2000 ਨੂੰ ਕਹਿੰਦਾ ਹੈਡ ਜਿਹੜਾ ਸੀ ਅਰਾਈ ਜ਼ੈਲਦਾਰ, ਇਹ ਸਾਡੇ ਮਹਿਮਾਨ ਹੈਗੇ, ਇਹਨਾਂ ਦੀ ਤੁਸੀਂ ਰਾਖੀ ਰੱਖਣੀ, ਕੋਈ ਨੁਕਸਾਨ ਨਹੀਂ ਪਹੁੰਚਾਉਣਾ, ਉਹਨਾਂ ਸਾਡੀ ਰਾਖੀ ਰੱਖੀ। ਇਹ ਹੈਗਾ ਨਾਮ ਦੀ ਕਿਰਪਾ। ਹਰ ਰਸ ਚਾਹ ਮਨ ਨਿਰਮਲ ਹੁਆ, ਹਰ ਰਸ ਜਿਹੜਾ ਹੈਗਾ ਚਾਹ ਚੱਕ ਚੱਕ ਖਾ ਕੇ, ਯਾਨੀ ਜਿਹੜਾ ਹੈਗਾ ਤਨ ਹੈਗਾ ਪਾਣੀ ਨਾ ਧੋਤਿਆ, ਇਸ ਕੋਈ ਕੋਈ ਪਾਪ ਕਰਦਾ ਤਾਂ ਕਹਿੰਦੇ ਉੱਥੇ ਗੰਗਾ ਨਹਾ ਕੇ ਆ, ਪਾਪ ਉਤਰੇ ਤੇਰਾ। ਜਿਹੜਾ ਮਨ ਹੈਗਾ ਉਹਦਾ ਪਾਪ ਪਾਣੀ ਨਾਲ ਨੀ ਉਤਰਦਾ, ਪਾਣੀ ਨਾਲ ਤਾਂ ਉਹਦੇ ਚ ਹੋਰ ਹੋਮੇ ਆ ਜਾਂਦੀ ਹੈਗੀ, ਮੈਂ ਇੰਨੇ ਤੀਰਥ ਕਰਕੇ ਆ, ਇੰਨੇ ਤੀਰਥ ਕਰਕੇ ਆ, ਉਹਦਾ ਮਨ ਜਿਹੜਾ ਹੈਗਾ ਨਾਵੇ ਨਾਲ ਧੋਤਾ ਜਾਂਦਾ ਹੈਗਾ। ਜਿੱਦਾਂ ਜਿੱਦਾਂ ਤੁਸੀਂ ਨਾਵਾ ਤੁਹਾਡੇ ਸਮਝ ਚ ਆਏਗਾ, ਤੁਸੀਂ ਉਹਦਾ ਪ੍ਰਚਾਰ ਕਰੋਗੇ, ਓਨਾ ਓਨਾ ਤੁਹਾਡਾ ਮਨ ਜਿਹੜਾ ਉਹ ਸਾਫ ਹੋਵੇਗਾ। ਮਨ ਨਿਰਮਲ ਹੁਆ, ਕਲਪਿਕ ਜਿਹੜੀ ਮਾਇਆ ਦੀ ਕਾਲਕ ਲੱਗੀ ਹੋਈ ਜੀ ਕਾਟਨਹਾਰਾ, ਉਹ ਮਾਇਆ ਦੇ ਉਹ ਛੁਟਕਾਰਾ ਕਰ ਜਾਏਗਾ। ਜੀਵੇ ਜਿਹੜਾ ਪਹਿਲਾ ਸਤਿਗੁਰੂ ਸੀ ਕਹਿੰਦਾ ਯੂ ਕਾਂਟ ਵਰਸ਼ਿਪ, ਯੂ ਕਾਂਟ ਲਵ ਮਾਮੋਨ ਐਂਡ ਗੋਡ, ਪੈਸੇ ਤੇ ਗੋਡ ਨਾਲ ਨਹੀਂ ਕਰਦੇ, ਇੱਕ ਨਾਲ ਤੁਸੀਂ ਪਿਆਰ ਕਰੋ, ਦੂਏ ਨਾਲ ਨਫ਼ਰਤ ਕਰੋਗੇ। ਇਸ ਕਰਕੇ ਜਿਹੜੇ ਪਹਿਲੇ ਉਹਦੇ ਸੀਗੇ ਕਾਮੇ, ਉਹਨਾਂ ਨੇ ਘਰ ਬਾਰ ਸਭ ਕੁਛ ਵੇਚ ਦਿੱਤਾ ਸੀਗਾ, ਸਾਰਾ ਪੈਸਾ ਜਿਹੜਾ ਸੀ ਇਕੱਠਾ ਕਰਕੇ ਉੱਥੇ ਉਹਨੂੰ ਚਰਚ ਚ ਦੇ ਦਿੱਤਾ ਸੀ, ਫਿਰ ਉਹ ਇਕੱਠੇ ਰਹਿੰਦੇ ਸੀਗੇ। ਉਹਨਾਂ ਦੇ ਇਹ ਨਹੀਂ ਸੀਗਾ ਮੇਰਾ ਤੇਰਾ ਕੁਛ ਨਹੀਂ ਸੀਗਾ, ਸਾਰੇ ਇਕੱਠੇ ਰਹਿੰਦੇ ਸੀਗੇ। ਤੇ ਇਸ ਕਰਕੇ ਜੇ ਤੁਸੀਂ ਪੂਰੀ ਸਮਝ ਕਰਨੀ ਤੇ ਪਹਿਲਾਂ ਤੁਸੀਂ ਛੋਟੇ ਸਤਿਗੁਰੂ ਜੀਜੇ ਦੇ ਬਾਰੇ ਸਮਝੋ, ਉਹਦਾ ਜੇ ਸਮਝ ਪੈ ਗਈ ਤਾਂ ਫਿਰ ਵੱਡੇ ਜੀ ਇਹ ਸਮਝ ਪੈ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜੇ ਕੱਲ ਰਾਖੀ ਮੇਰੀ। ਸ਼ਬਦ ਮਰੇ ਫਿਰ ਜੀਵੇ, ਸਾਦੀ ਤਾਂ ਫਿਰ ਮਰਨ ਹੋਈ, ਸ਼ਬਦ ਮਰੇ ਆਹ ਜਿਹੜਾ ਨਾ ਇੱਥੇ ਇੱਥੇ ਤੁਸੀਂ ਐਸ ਰਾਮ ਰਾਜੇ ਚ ਨਹੀਂ ਵੜ ਸਕਦੇ ਜਿੰਨਾ ਚਿਰ ਤੁਸੀਂ ਆਪਣੀ ਹੋਮੇ ਨਹੀਂ ਮਾਰਦੇ। ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਮਾਰੀ ਸੀਗੀ ਉਹਨਾਂ ਦੀ, ਉਹਨਾਂ ਨੂੰ ਰਾਮ ਰਾਜੇ ਚ ਵੜਨ ਲਈ ਤਿਆਰ ਕੀਤਾ ਸੀਗਾ। ਇਹ ਰਾਮ ਰਾਜੇ ਦੀ ਕਹਿੰਦੇ ਵੀ ਤਤ ਵੜੋਗੇ ਜੇ ਤੁਸੀਂ ਆਪਣੀ ਹੋਮੇ ਮਰੋਗੇ, ਇੱਥੇ ਜਿਹੜਾ ਹੈ ਜਿੱਦਾਂ ਦਾ ਪਿਓ ਉਦਾਂ ਦਾ ਪੁੱਤਰ, ਅਕਾਲ ਪੁਰਖ ਜਿਹੜਾ ਪਾਰ ਬ੍ਰਹਮ ਹੈਗਾ ਉਹ ਨਾ ਜੰਮਦਾ ਤੇ ਨਾ ਮਰਦਾ, ਉਹ ਮੁਕਤ ਮੁਕਤ ਹੈਗਾ, ਅਟਰਨਲ ਹੈਗਾ, ਉਹਦਾ ਹੀ ਪੁੱਤਰ ਬਣ ਜਾਂਦਾ। ਇੱਥੇ ਜਨਮ ਮਰਨ ਹੈਗਾ ਹੋਮੇ ਚ, ਇੱਥੇ ਥੱਲੇ ਜਿਹੜਾ ਹੈਗਾ ਇੱਥੇ ਆਦਮੀ ਪੈਦਾ ਹੁੰਦਾ ਤੇ ਮਰਦਾ ਹੈਗਾ, ਇੱਥੇ ਨਹੀਂ ਮਰਦਾ, ਇੱਥੇ ਜਿਹੜਾ ਉਲਟ ਪੈ ਜਾਂਦਾ, ਇੱਥੇ ਹੈਗਾ
ਜੇ ਕੋਈ ਚਪੇੜ ਮਾਰੇ ਤੁਹਾਡੇ ਦੋ ਥੱਪੜ ਹੋਏ ਮਾਰਦੇ, ਇੱਥੇ ਤੁਹਾਡੇ ਚਪੇੜ ਮਾਰੇ ਤੁਸੀਂ ਦੂਜੀ ਗੱਲ ਕਰਦੇ ਭਗਤੀ ਮਾਰੇ। ਸਤਿਗੁਰੂ ਤੇਗ ਬਹਾਦਰ ਜੀ ਦੇ 22 ਮੰਜੀਆਂ ਡਾਹ ਕੇ ਬਹਿ ਗਏ ਸੀ ਖੱਤਰੀ, ਮੈਂ ਸਤਿਗੁਰੂ ਹੋਇਆ, ਮੈਂ ਸਤਿਗੁਰੂ। ਜਦੋਂ ਨੱਕ ਪ੍ਰਗਟ ਹੋਏ ਉਹਨਾਂ ਨੇ ਇੱਕ ਆਦਮੀ ਤਿਆਰ ਕੀਤਾ, ਉਹਨੇ ਗੋਲੀ ਮਾਰੀ, ਉਹ ਬਾਂਹ 'ਤੇ ਲੱਗੀ ਸੀਗੀ। ਅਤੇ ਹੁਣ ਮੱਖਣ ਸ਼ਾਹ ਲਬਾਣੇ ਨੇ ਉਹ ਫੜ ਕੇ ਲਿਆਂਦਾ ਉਹਨਾਂ ਨੂੰ, ਯਾਰ ਉਹਨਾਂ ਨੂੰ ਕੀ ਸਜ਼ਾ ਦੇਈਏ, ਕਹਿੰਦੇ ਉਹਨਾਂ ਨੂੰ ਛੱਡ ਦਿਓ, ਕਿਉਂ ਭਗਤੀ ਮਾਰ ਗਈ ਤੁਸੀਂ, ਨਾ ਕੋਈ ਬੈਰੀ ਨਾ ਹੈ ਬਗਾਨਾ, ਕੋਈ ਨਹੀਂ ਹੁੰਦਾ। ਇਸ ਕਰਕੇ ਕਰਤਾਰਪੁਰ ਉੱਥੇ ਜਿਹੜਾ ਬਣਾਇਆ ਨਾ, ਉੱਥੇ ਸਤਿਗੁਰੂ ਨਾਨਕ ਦੇਵ ਜੀ ਦੇ ਘਰ ਦੇ ਮੋਹਰੇ ਉੱਥੇ ਖੰਡਾ ਲਾਇਆ ਆ ਕਿਰਪਾਨ, ਉਹ ਕਿਰਪਾਨ ਕਹਿੰਦੇ ਮਾਰਨੀ ਹੈਗੀ। ਸਤਿਗੁਰੂ ਨਾਨਕ ਤਾਂ ਕਹਿੰਦਾ ਨਾ ਕੋਈ ਬੈਰੀ ਨਾ ਹੈ ਬਗਾਨਾ, ਉੱਥੇ ਕਿਰਪਾਨ ਕੀ ਕਰਦੀ ਹੈਗੀ। ਇਹ ਹੈਗੀ ਬੇਵਕੂਫੀ ਦੀ ਨਿਸ਼ਾਨੀ। ਇਹ ਜਿਹੜਾ ਸਿੱਖ ਹੁੰਦਾ ਕੋਟਨ ਮੇਂ ਏਕ ਹੁੰਦਾ, ਫਿਰ ਆਮ ਨਹੀਂ ਮਿਲਦੇ। ਇਸ ਕਰਕੇ ਘਬਰਾਉਣ ਦੀ ਲੋੜ ਨਹੀਂ, ਪ੍ਰਚਾਰ ਕਰੋ, ਉਹ ਇੱਥੋਂ ਮਿਲਣਾ ਪ੍ਰਚਾਰ, ਕਿਸੇ ਤੋਂ ਨਹੀਂ ਮਿਲਣਾ। ਆਪ ਸੋਚਣਾ ਪਹਿਲਾਂ ਲੌਜੀਕਲੀ, ਅਤੇ ਫਿਰ ਮਿਲੇਗਾ ਇਹ ਨਾਮ, ਕਿਸੇ ਤੋਂ ਨਹੀਂ ਮਿਲ। ਸੁਣੋ, ਲਿਸਨ ਟੂ ਐਵਰੀ ਵਨ, ਵੈਟ ਇਟ ਇਨ ਹੋਲੀ ਸਪਿਰਿਟ, ਹੋਲੀ ਸਪਿਰਿਟ ਵਿਦ ਸੁਰਤੀ, ਸੁਰਤੀ ਨਾਲ ਫਿਰ ਉਹਨੂੰ ਤੁਸੀਂ ਜਾਣੋ। ਨਾਮ ਸਦਾ ਮਨ ਮਿੱਠਾ ਅੱਛਾ ਹੈਗਾ, ਸ਼ਬਦ ਮਰੇ ਫਿਰ ਜੀਵੇ ਸਾਦੀ, ਸਦਾ ਹੀ ਜੀਂਦਾ ਰਹਿੰਦਾ, ਅਟਰਨਲ ਬਣ ਜਾਂਦਾ, ਤਾਂ ਫਿਰ ਮਰਨ ਨਾ ਹੋਈ, ਫਿਰ ਉਹ ਜਨਮ ਮਰਨ ਦੇ ਗੇੜੇ 'ਚ ਨਹੀਂ ਆਉਂਦਾ। ਅੰਮ੍ਰਿਤ ਨਾਮ ਸਦਾ ਮਨ ਮਿੱਠਾ, ਅੰਮ੍ਰਿਤ ਨਾਮ ਜਿਹੜਾ ਹੈਗਾ ਉਹ ਮਨ ਨੂੰ ਬੜਾ ਪਿਆਰਾ ਲੱਗਦਾ ਹੈਗਾ। ਸ਼ਬਦੇ ਪਾਵੇ ਕੋਈ, ਸ਼ਬਦ ਨਾਲ ਕੋਈ ਪਾਉਂਦਾ ਹੈਗਾ, ਕੋਟਨ ਮੇਂ ਏਕ। ਲੋਕੀ ਜਿਹੜੇ ਨੇ ਉਹ ਕੋਈ ਰਾਧਾ ਸਵਾਮੀ ਦੇ ਮਗਰ ਚਲਾ ਗਿਆ, ਕੋਈ ਫਲਾਣੇ ਦੇ ਮਗਰ ਚਲ ਗਿਆ, ਉਹ ਤਾਂ ਆਪ ਠੱਗੂ ਹੈਗੇ ਨੇ, ਉਹਦਾ ਪੈਸੇ ਨਾਲ ਕਰਦੇ ਨੇ ਪੈਸਾ, ਉਹਨਾਂ ਦੇ ਜਦੋਂ ਪੰਜੇ 'ਚ ਫਸ ਜਾਂਦਾ ਠੱਗੂਆਂ ਦੇ, ਫਿਰ ਮਾਰਿਆ ਗਿਆ। ਕੋਈ ਹੁੰਦਾ ਜਿਹੜਾ ਉਹਨਾਂ 'ਚੋਂ ਨਹੀਂ ਫਸਦਾ, ਅਤੇ ਉਹ ਫਿਰ ਆਪਣੇ ਆਪ ਨੂੰ ਸੋਚਦਾ ਹੈਗਾ, ਉਹ ਇਹ ਨਾਮ ਪਾਉਂਦਾ ਹੈਗਾ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ। ਜੇ ਦਾਤ ਜਿਹੜੀ ਹੈਗੀ ਨਾਮ ਦੀ, ਇਹ ਪਾਰ ਬ੍ਰਹਮ ਤੋਂ ਮਿਲਦੀ ਹੈਗੀ, ਆਦਮੀ ਤੋਂ ਨਹੀਂ ਮਿਲਦੀ, ਮੇਰੇ ਤੋਂ ਨਹੀਂ ਮਿਲਦੀ ਹੈ, ਕਿਸੇ ਤੋਂ ਨਹੀਂ, ਨਾ ਜੀਜੇ ਤੋਂ ਮਿਲਦੀ, ਨਾ ਨਾਨਕ ਤੋਂ ਮਿਲਦੀ ਹੈਗੀ, ਕਿਸੇ ਤੋਂ ਨਹੀਂ ਮਿਲਦੀ, ਇਹ ਉਹਦੇ ਪਾਰ ਬ੍ਰਹਮ ਤੋਂ ਮਿਲਦੀ ਹੈਗੀ। ਇਸ ਕਰਕੇ ਜੇ ਤੁਸੀਂ ਬਾਣੀ ਸਤਿਗੁਰੂ ਨਾਨਕ ਦੇਵ ਜੀ ਦੀ ਸਮਝੋਗੇ ਤਾਂ ਤੁਹਾਡੀ ਸੁਰਤੀ ਵਧੂਗੀ, ਸੁਰਤੀ ਵੱਧ ਕੇ ਤੁਸੀਂ ਫਿਰ ਪਾਰ ਬ੍ਰਹਮ ਤੋਂ ਇਹ ਨਾਮ ਮਿਲਦਾ, ਕਿਸੇ ਤੋਂ ਨਹੀਂ ਮਿਲਦਾ। ਹੋਰ ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਪਾਵੇ ਤਿਸ ਦੇ, ਨਾਨਕ ਨਾਮ ਰਤੇ ਸੁਖ ਪਾਇਆ, ਦਰਗੇ ਜਾਪੇ ਸਹੀ ਸਹੀ। ਨਾਨਕ ਨਾਮ ਪਾ ਕੇ ਤਾਂ ਸੁੱਖ ਮਿਲਦਾ, ਮਨ ਨੂੰ ਆਨੰਦ ਆਉਂਦਾ ਹੈਗਾ। ਮਨ ਦੀਆਂ ਜਿਹੜੀਆਂ ਸਾਰੇ ਹੁੰਦੇ ਨਾ ਖਿਆਲਾਤ, ਵੀ ਮੈਂ ਹੁਣ ਬੁੱਢਾ ਹੋ ਗਿਆ, ਹੁਣ ਮਰ ਜਾਣਾ ਤੇ ਹੁਣ ਕਿੱਥੇ ਜਾਵਾਂਗਾ, ਉਹ ਸਾਰੇ ਜਿਹੜੇ ਹੈਗਾ ਬਾਣੀ ਜਿਹੜਾ ਹੈਗਾ ਉਹਨੂੰ ਸਾਂਭ ਕੇ ਰੱਖਦੀ ਹੈਗੀ, ਯਾਨੀ ਘਬਰਾਉਣ ਦੀ ਨਹੀਂ ਉਹਨੂੰ ਲੋੜ ਹੈਗੀ। ਉਹ ਫਿਰ ਜਿਹੜਾ ਹੈਗਾ ਰਸਤਾ ਜਿਹੜਾ ਹੈਗਾ ਦਰਗਾਹ ਦਾ ਜਿਹੜਾ ਹੈਗਾ ਚਿੱਠਾ ਜਿਹੜਾ ਹੈਗਾ ਨਾ ਰਸਤਾ, ਛੋਟਾ ਗੇਟ ਇਹ ਦਰਗਾਹ ਨੂੰ ਜਾਂਦਾ, ਇਹ ਪਾਉਂਦਾ ਹੈਗਾ ਆਦਮੀ, ਇੱਥੇ ਫਿਰ ਵੜ ਜਾਂਦਾ ਆਪ। ਜਦੋਂ ਇੱਥੇ ਵੜ ਜਾ, ਇੱਥੇ ਆਨੰਦ ਹੀ ਆਨੰਦ ਹੈਗਾ, ਇੱਥੇ ਹੈਗਾ ਰਾਮ ਰਾਜੇ, ਰਾਮ ਰਾਜੇ ਸਾਰੇ ਭਗਤ ਹੈਗੇ ਨੇ, ਭਗਤਾਂ ਦੀ ਕੰਪਨੀ 'ਚ ਤੁਸੀਂ ਫਿਰ ਇੰਜੋਏ ਕਰਦੇ ਹੈਗੇ। ਇਹ ਹੈਗੀ ਇਹਦਾ ਵਿਆਖਿਆ। ਅਤੇ ਜਿਹੜਾ ਹੈਗਾ ਆਪਣੇ ਮਨਮੁੱਖ ਹੁੰਦਾ ਹੈਗਾ, ਉਹ ਫਿਰ ਲੂਹਿਆ ਜਾਂਦਾ ਹੈਗਾ, ਉਹ ਸੱਪ ਬਣਦਾ ਹੈਗਾ। ਅਤੇ ਜਿਹੜਾ ਹੈਗਾ ਲੋਕਾਂ ਨੂੰ ਭੜਕਾਉਂਦਾ ਹੈਗਾ, ਜਥ ਬਣਾਉਂਦਾ, ਮਗਰ ਲੜਾਉਂਦਾ ਹੈਗਾ, ਜਿੱਦਾਂ ਭਿੰਡਰਾਂ ਵਾਲਾ ਸੀਗਾ ਅਤੇ ਹੋਰ ਸੀਗਾ, ਇਹ ਟੈਰਰਿਸਟ ਸੀਗਾ। ਅਤੇ ਜਿਹੜੇ ਇੱਦਾਂ ਦੇ ਲੋਕ ਹੁੰਦੇ ਨੇ ਉਹ ਵਾਈਪਰ ਹੁੰਦੇ ਨੇ, ਵਾਈਪਰ ਬਣਦੇ ਨੇ ਅਤੇ ਲੋਕਾਂ ਨੂੰ ਮਰਵਾਉਂਦੇ ਨੇ। ਕੂੜ ਡੋਬੇ ਕੂੜ, ਕੂੜ ਉਹ ਮਿੱਠਾ ਹੈਗਾ, ਕੂੜ ਮਾਖਿਓ ਮਿੱਠਾ, ਕੂੜ ਡੋਬੇ ਕੂੜ, ਕੂੜ ਇੰਨਾ ਮਿੱਠਾ ਹੈਗਾ ਕਿ ਜਿਹੜੇ ਪੋਲੀਟੀਸ਼ੀਅਨ ਹੈਗੇ ਬਗੈਰ ਕੂੜ ਦੇ ਉਹ ਜਿੱਤ ਨਹੀਂ ਸਕਦੇ, ਉਹਨਾਂ ਨੂੰ ਕੂੜ ਬੋਲਣਾ ਪੈਂਦਾ ਹੈਗਾ। ਜਿੱਦਾਂ ਹੈਗਾ ਆਪਣੇ
ਨਵਜੋਤ ਸਿੱਧੂ, ਸਿੱਧੂ ਜੱਟਾਂ ਦਾ ਕੋਚ ਹੈਗਾ, ਉਹਦਾ ਆਪਣੇ ਆਪ ਨੂੰ ਉੱਥੇ ਜੱਫੀ ਪਾਈ, ਉਹਨੇ ਬਾਜਵੇ ਚੱਕ ਨੂੰ ਪਾਈ ਜੱਫੀ, ਤੇ ਲਾਲਿਆਂ ਨੇ ਚੱਕ ਦਿੱਤਾ ਜੀ ਉਹਨੂੰ ਪਾਈ ਜੱਫੀ, ਉਹ ਤਾਂ ਉੱਥੇ ਕਸ਼ਮੀਰ ਚ ਮਾਰਦਾ ਸਾਨੂੰ ਆਹ ਕਰਦਾ ਹੈਗਾ। ਪਰ ਜਦੋਂ ਇਹਨਾਂ ਉਹੀ ਉਦਘਾਟਨ ਦੀ ਹੋਈ ਸਪੀਚ ਦਿੱਤੀ, ਉਦੋਂ ਸਿੱਖ ਕੌਮ ਕਹਿ ਗਈ ਆਪਣੀ, ਸਿੱਖ ਤਾਂ ਪੰਥ ਹੈਗਾ, ਦੂਜਾ ਕੌਮ ਉਹਦੀ ਜੱਟ ਹੈਗੀ, ਸਿੱਖ ਕੌਮ ਕਹਿ ਕੇ ਉਹ ਪੱਕਾ ਹਰਾਮੀ ਬਣ ਗਿਆ। ਤੇ ਇਹ ਹੈਗਾ ਉਹਨਾਂ ਦੀ ਜਿਹੜੀ ਹੈਗੀ ਨਾ ਸੋਝੀ, ਉਹਨਾਂ ਕੋਲ ਗੌਰ ਹੈ ਨੀ ਗਾ ਕੋਈ ਵੀ, ਉਹ ਚੀਜ਼ ਬੋਲਣਗੇ ਜਿਹੜੀ ਲੋਕਾਂ ਨੂੰ ਪਸੰਦ ਹੈਗੀ, ਜਿਹੜੀ ਲੋਕੀ ਪਸੰਦ ਹੋਏਗੀ ਤਾਂ ਉਹ ਵੋਟਾਂ ਦੇਣਗੇ, ਵੋਟਾਂ ਦੇਣਗੇ ਤਾਂ ਫਿਰ ਪ੍ਰਧਾਨ ਬਣਾਂਗਾ, ਪ੍ਰਧਾਨ ਕਾਹਦਾ ਬਣੇਗਾ, ਕਲਯੁਗੇ ਦਾ ਕੂੜਿਆਂ ਦਾ ਜਿਹੜੇ ਝੂਠ ਬੋਲਦੇ ਨੇ ਉਹਦੇ ਥੱਲੇ ਜਿਹੜੇ ਹੋਣਗੇ ਫਿਰ ਝੂਠ ਬੋਲਣਗੇ, ਰਿਸ਼ਵਤਖੋਰ ਹੋਣਗੇ, ਸਭ ਕੁਛ ਹੋਵੇਗਾ, ਕਰ ਲਵੇ ਜੋ ਕਰਨਾ। ਤੇ ਇਹ ਜਿਹੜਾ ਭਗਤੀ ਮਾਰਗ ਜਿਹੜਾ ਹੈਗਾ ਇਹ ਇਕੱਲੇ ਲਿਆਉਂਦਾ, ਇਕੱਲਾ ਆਦਮੀ ਨਿਆਰਾ ਹੁੰਦਾ ਹੈਗਾ ਭਗਤੀ ਮਾਰਗ, ਇਹੋ ਹੀ ਖਾਲਸਾ ਬਣਦਾ ਫਿਰ ਤੱਤ ਖਾਲਸਾ। ਤੇ ਬਾਕੀ ਉਹਦੇ ਜਿਹੜਾ ਉਹਨਾਂ ਨੂੰ ਲਾਲਚ ਲੈ ਕੇ ਤਾਂ ਆਪਣੇ ਦੂਏ ਬਣਾ ਲੈਂਦੇ ਨੇ, ਮਲੇਸ਼ ਖਾਲਸਾ ਜਿਹਦਾ ਬੰਦਾ ਬਹਾਦਰ ਸੀਗਾ, ਮਨਮੁੱਖ ਖਾਲਸਾ ਸੀਗਾ, ਸੋਢੀ ਖੱਤਰੀ ਸੀ ਲਾਲਾ, ਤੇ ਉਹਨੇ ਇੱਟ ਨਾ ਇੱਟ ਖੜਕਾ ਕੇ ਸਰਹੰਦ ਲਈ, ਤੇ ਫਿਰ ਉਹਦੇ ਚ ਆ ਗਿਆ ਗੁਮਾਨ ਕਿ ਮੈਂ ਤਾਂ ਹੁਣ ਬਹੁਤ ਤਾਕਤਵਰ ਬਣ ਗਿਆ ਗਾ। ਤੇ ਉਹਨੇ ਮਨਮੁੱਖ ਸੀਗਾ, ਉਹਨੇ ਸਾਈਕਿਕ ਜਿਹੜੇ ਹੁੰਦੇ ਉਹ ਦੋਵਾਂ ਨੂੰ ਜਾਣਦੇ ਉਹਨਾਂ ਦੀ ਨਬਜ਼ਾਂ, ਤੇ ਉਹਨੇ ਮਗਰ ਜਿਹੜੇ ਉਹਦੇ ਸੀਗੇ ਲਾਏ ਹੋਏ ਬੁੱਧੂ, ਜਿਹੜੇ ਬੁੱਧੂ ਸੀਗੇ ਖਾਣ ਪੀਣ ਨੂੰ ਬਾਂਦਰੇ ਛੋਟੇ ਖਾਣ ਨੂੰ ਰਿੱਛ, ਤੇ ਉਹ ਜਿਹੜੇ ਰਿੱਛ ਸੀ ਮਗਰ ਲਾਏ ਉਹਦੇ ਜਿੱਦਾਂ ਉਹ ਮਰਿਆ ਨਾਲ ਉਹ ਮਰੇ, ਉਹ ਤੱਤ ਖਾਲਸੇ ਨੂੰ ਕਹਿੰਦਾ ਸੀ ਵੀ ਮਦਦ ਕਰੋ, ਲੋਭੀ ਕਾ ਵਸਾ ਨਾ ਕੀਜੀਏ ਜੇ ਕੋ ਪਾਰ ਵਸਾ, ਮਨਮੁੱਖ ਦਾ ਨਹੀਂ ਵਸਾ ਕਰੀਦਾ। ਇਸ ਕਰਕੇ ਉਹਨਾਂ ਨੇ ਉਹਦੀ ਹਾਂ ਨਹੀਂ ਭਰੀ, ਉਹਦੇ ਕੁਛ ਨਹੀਂ ਉਹਨੂੰ ਕਿਹਾ, ਮਰਦਾ ਤੇ ਮਰੇ, ਉਹ ਜਾਣ ਬੁੱਝ ਕੇ ਉਹਨੇ ਕੀਤੇ ਸਾਰਾ ਕੁਛ ਕੰਮ, ਉਹ ਆਪੇ ਹੀ ਕਹਿੰਦਾ ਸੀ ਮੈਨੂੰ ਪਤਾ ਵੀ ਕਿਉਂ ਮੈਂ ਤੁਸੀਂ ਇਹ ਮਿਲ ਰਹੇ ਨੇ, ਇਹ ਮਨਮੁੱਖ ਦਾ ਸੀਗਾ, ਉਹ ਲਾਲਾ ਸੀ ਉਹ ਬੰਦਾ ਬਹਾਦਰ। ਤੇ ਉਹ ਖਾਸ ਉਹਨੂੰ ਲੱਭਣ ਗਿਆ ਸੀ ਕਿ ਛੋਟੀ ਜਿਹੜਾ ਸੀਗਾ ਪ੍ਰਿਥੀ ਚੰਦ ਉਹ ਲਾਲਚੀ ਸੀਗਾ, ਉਹ ਗੱਦੀ ਚਾਹੁੰਦਾ ਸੀ ਮਾਇਆ ਦੇ ਲਈ, ਲੋਕਾਂ ਨੂੰ ਲੁੱਟਣ ਲਈ, ਤੇ ਗੱਦੀ ਮਿਲਦੀ ਛੋਟੇ ਨੂੰ ਜਿਹੜੀ ਕਿ ਜਿਸਮ ਤੇ ਲੱਗਦੀ ਰੂਹ ਤੇ ਉਲਟ, ਗੱਦੀ ਛੋਟੇ ਨੂੰ ਮਿਲਣੀ ਸੀਗੀ। ਤੇ ਇਸ ਕਰਕੇ ਉਹਨੂੰ ਬਾਦਸ਼ਾਹਾਂ ਦੇ ਜਾਂਦਾ ਸੀ ਤੇ ਫਲਾਨੀ ਜਗ੍ਹਾ ਜਾਂਦਾ ਸੀ ਵੀ ਗੱਦੀ ਮਿਲ ਜਾਏ। ਫਿਰ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨੇ ਫਿਰ ਇੱਕ ਛੋਟੀ ਖੱਤਰੀ ਨੂੰ ਫਿਰ ਜਾਂਦਾ ਸੀ ਨਾ ਬੰਦਾ ਬਹਾਦਰ ਨੂੰ, ਤੇ ਉਹਨੇ ਫਿਰ ਦੇਖ ਲਓ ਤੀਰ ਚੰਦ ਚਾੜਿਆ, ਨਾਲ ਆਪ ਵੀ ਮਰਿਆ ਤੇ ਨਾਲ ਦੂਜਿਆਂ ਨੂੰ ਮਰਵਾਏ। ਤੱਤ ਖਾਲਸਾ ਆਪਣੇ ਮਜੇ ਨਾਲ ਅਲਹਿਦਾ ਸੀਗਾ, ਤੱਤ ਖਾਲਸਾ ਸੱਚਾਈ ਲਈ ਲੜਦਾ ਹੈਗਾ, ਉਹਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ। ਜਿਹੜਾ ਆਦਮੀ ਸੱਚਾ ਨਹੀਂ ਆਪਣੇ ਹੱਕ ਤੇ ਨਹੀਂ ਰਹਿੰਦਾ ਉਹਨੂੰ ਉਹ ਮਾਰਦੇ ਨੇ। ਇਹ ਜਿਹੜੀ ਇਸ ਕਲਯੁਗ ਵਿੱਚ ਰਾਈਟੀਅਸਨੈਸ, ਰਾਈਟੀਅਸਨੈਸ ਹੁੰਦਾ ਆਪਣਾ ਹੱਕ ਖਾਓ, ਹੱਕ ਹਲਾਲ, ਕਿਸੇ ਦਾ ਦੂਏ ਦਾ ਨਾ ਖੋਵੋ। ਜਿਹੜਾ ਖੋਹਦਾ ਸੀ ਉਹਨੂੰ ਇਹ ਸੱਚ ਖਾਲਸਾ ਮਾਰਦਾ ਸੀ, ਇਹਨਾਂ ਦੀ ਕਿਸੇ ਨਾਲ ਲੜਾਈ ਦੁਸ਼ਮਣੀ ਨਹੀਂ ਸੀਗੀ। ਚਲੋ ਬਥੇਰਾ ਬੋਲ ਲਿਆ।